ਇਹ ਜੀ ਮਿਤੀ 30/6/23 ਨੂੰ ਇੱਕ ਰੇਲਵੇ ਟਰੈਕ ਤੋਂ ਡੈੱਡ ਬੋਡੀ ਮਿਲੀ ਸੀ। ਰਾਤ ਉਹਨੂੰ ਮੌਕੇ ਤੋਂ ਚੁਕਾ ਕੇ ਲਿਆ ਕੇ ਚੌਂਕੀ 'ਚ ਰੱਖੀ ਸੀ ਅਤੇ ਸਵੇਰੇ ਉਹਦੀ ਸ਼ਨਾਖਤ ਹੋਈ ਆ। ਉਹਦੇ 'ਚ ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਹਾਰਾਜਾ ਪੈਲਸ ਦੀ ਬੈਕ ਸਾਈਡ 'ਤੇ ਸੀ ਬੰਦਾ। ਇਹ ਸੁਣਨ 'ਚ ਆਇਆ ਵੀ ਇਹ ਪੰਜਾਬੀ ਗਾਇਕ ਸੀਗਾ ਅਤੇ ਪੰਜਾਬੀ ਗਾਇਕ ਸੀ ਅਤੇ ਇਹ ਮਤਲਬ ਇਹਨਾਂ ਦਾ ਕੋਈ ਆਪਸੀ ਰਿਸ਼ਤੇਦਾਰਾਂ ਦੇ ਵਿੱਚ ਕੋਈ ਝਗੜਾ ਵਗੈਰਾ ਚੱਲਦਾ ਸੀਗਾ ਅਤੇ ਉਹਦੇ ਤੋਂ ਇਹ ਮਤਲਬ ਰਿਸ਼ਤੇਦਾਰੀ 'ਚੋਂ ਕੱਲ੍ਹ ਗਿਆ ਹੋਇਆ ਸੀ 29/6 ਨੂੰ ਵਾਪਸ ਆਇਆ ਉੱਥੋਂ ਅਤੇ ਆ ਕੇ ਇਹਨਾਂ ਨੇ ਦੱਸਿਆ ਵੀ ਜਿਹੜੀ ਇਹਦੀ ਘਰਵਾਲੀ ਆ ਰਵਿੰਦਰਜੀਤ ਕੌਰ ਇਹਨੇ ਦੱਸਿਆ ਵੀ ਮੇਰੇ ਪਤੀ ਨੇ ਮੇਰੇ ਆਪ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਮਤਲਬ ਖੁਦਕੁਸ਼ੀ ਕਰ ਲਈ ਆ ਟ੍ਰੇਨ ਅੱਗੇ ਆ ਕੇ। ਉਹ ਰਿਸ਼ਤੇਦਾਰ ਨੇ ਸੁਰਜੀਤ ਸਿੰਘ ਹੈ ਅਤੇ 4-5 ਬੰਦੇ ਨੇ ਸੁਰਜੀਤ ਸਿੰਘ ਹੈ, ਹੁਸਨਪ੍ਰੀਤ ਕੌਰ ਹੈ, ਬਿੰਦਰ ਕੌਰ ਹੈ, ਗੁਰਸੇਵਕ ਸਿੰਘ ਹੈ, ਜਸ਼ਨ ਸਿੰਘ ਹੈ, ਤਰਸੇਮ ਸਿੰਘ ਹੈ, ਜਿਹੜਾ ਇਹਨਾਂ ਦੇ ਆਪਸੀ ਕੋਈ ਪੈਸੇ ਦਾ ਕਾਫੀ ਸਮਾਂ ਪਹਿਲਾਂ 5-6 ਮਹੀਨੇ ਪਹਿਲਾਂ ਇਹਨੇ ਰਣਜੀਤ ਸਿੰਘ ਨੇ ਬੇਟੀ ਦਾ ਵਿਆਹ ਕਰਿਆ ਸੀ ਉਹਦੇ 'ਚ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਦਾ ਰੌਲਾ ਸੀਗਾ। ਉਹਦੇ 'ਤੇ ਮਤਲਬ ਇਹਨੇ ਕੋਈ ਗੱਲਬਾਤ ਚੱਲਦੀ ਸੀ ਅਤੇ ਰਿਸ਼ਤੇਦਾਰੀ 'ਚ ਗਿਆ ਸੀ, ਉੱਥੇ ਹੀ ਕੋਈ ਹੋਰ ਗੱਲਬਾਤ ਹੋਈ ਅਤੇ ਆ ਕੇ ਇਹਨੇ ਖੁਦਕੁਸ਼ੀ ਕਰਤੀ। ਬੋਡੀ ਜਿਹੜੀ ਆ ਉਹ ਬਾਅਦ ਪੋਸਟਮਾਰਟਮ ਵਾਰਸਾਂ ਦੇ ਹਵਾਲੇ ਕਰ ਰਹੇ ਹਾਂ। ਇਹ ਧਾਰਾ ਲਾਈ ਇਹਨਾਂ 'ਤੇ 306/506/34 ਆਈ ਪੀ ਸੀ। ਇਹ ਸੁਰਜੀਤ ਸਿੰਘ ਹੈ, ਹੁਸਨਪ੍ਰੀਤ ਕੌਰ ਹੈ, ਤਰਸੇਮ ਸਿੰਘ ਹੈ, ਗੁਰਸੇਵਕ ਸਿੰਘ ਹੈ, ਇਹ 4-5 ਬੰਦੇ ਨੇ ਜਿਹੜਿਆਂ 'ਤੇ ਲੱਗੀ ਹੈਗੀ। ਅਗਲੀ ਕਾਰਵਾਈ ਤਾਂ ਜਿਵੇਂ ਜਿਵੇਂ ਤਫਤੀਸ਼ ਦਾ ਚੱਲੇਗਾ ਕੰਮ ਉਵੇਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਇਹ ਜੀ ਮਿਤੀ 30/6/23 ਨੂੰ ਇੱਕ ਰੇਲਵੇ ਟਰੈਕ ਤੋਂ ਡੈੱਡ ਬੋਡੀ ਮਿਲੀ ਸੀ। ਰਾਤ ਉਹਨੂੰ ਮੌਕੇ ਤੋਂ ਚੁਕਾ ਕੇ ਲਿਆ ਕੇ ਚੌਂਕੀ 'ਚ ਰੱਖੀ ਸੀ ਅਤੇ ਸਵੇਰੇ ਉਹਦੀ ਸ਼ਨਾਖਤ ਹੋਈ ਆ। ਉਹਦੇ 'ਚ ਰਣਜੀਤ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਮਹਾਰਾਜਾ ਪੈਲਸ ਦੀ ਬੈਕ ਸਾਈਡ 'ਤੇ ਸੀ ਬੰਦਾ। ਇਹ ਸੁਣਨ 'ਚ ਆਇਆ ਵੀ ਇਹ ਪੰਜਾਬੀ ਗਾਇਕ ਸੀਗਾ ਅਤੇ ਪੰਜਾਬੀ ਗਾਇਕ ਸੀ ਅਤੇ ਇਹ ਮਤਲਬ ਇਹਨਾਂ ਦਾ ਕੋਈ ਆਪਸੀ ਰਿਸ਼ਤੇਦਾਰਾਂ ਦੇ ਵਿੱਚ ਕੋਈ ਝਗੜਾ ਵਗੈਰਾ ਚੱਲਦਾ ਸੀਗਾ ਅਤੇ ਉਹਦੇ 'ਤੇ ਇਹ ਮਤਲਬ ਰਿਸ਼ਤੇਦਾਰੀ 'ਚੋਂ ਕੱਲ੍ਹ ਗਿਆ ਹੋਇਆ ਸੀ 29/6 ਨੂੰ ਵਾਪਸ ਆਇਆ ਉੱਥੋਂ ਅਤੇ ਆ ਕੇ ਇਹਨਾਂ ਨੇ ਦੱਸਿਆ ਵੀ ਜਿਹੜੀ ਇਹਦੀ ਘਰਵਾਲੀ ਆ ਰਵਿੰਦਰਜੀਤ ਕੌਰ ਇਹਨੇ ਦੱਸਿਆ ਵੀ ਮੇਰੇ ਪਤੀ ਨੇ ਮੇਰੇ ਆਪ ਰਿਸ਼ਤੇਦਾਰਾਂ ਤੋਂ ਤੰਗ ਆ ਕੇ ਮਤਲਬ ਖੁਦਕੁਸ਼ੀ ਕਰ ਲਈ ਆ ਟ੍ਰੇਨ ਅੱਗੇ ਆ ਕੇ। ਉਹ ਰਿਸ਼ਤੇਦਾਰ ਨੇ ਸੁਰਜੀਤ ਸਿੰਘ ਹੈ ਅਤੇ 4-5 ਬੰਦੇ ਨੇ ਸੁਰਜੀਤ ਸਿੰਘ ਹੈ, ਹੁਸਨਪ੍ਰੀਤ ਕੌਰ ਹੈ, ਬਿੰਦਰ ਕੌਰ ਹੈ, ਗੁਰਸੇਵਕ ਸਿੰਘ ਹੈ, ਜਸ਼ਨ ਸਿੰਘ ਹੈ, ਤਰਸੇਮ ਸਿੰਘ ਹੈ, ਜਿਹੜਾ ਇਹਨਾਂ ਦੇ ਆਪਸੀ ਕੋਈ ਪੈਸੇ ਦਾ ਕਾਫੀ ਸਮਾਂ ਪਹਿਲਾਂ 5-6 ਮਹੀਨੇ ਪਹਿਲਾਂ ਇਹਨੇ ਰਣਜੀਤ ਸਿੰਘ ਨੇ ਬੇਟੀ ਦਾ ਵਿਆਹ ਕਰਿਆ ਸੀ ਉਹਦੇ 'ਚ ਕੋਈ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਦਾ ਰੌਲਾ ਸੀਗਾ। ਉਹਦੇ 'ਤੇ ਮਤਲਬ ਇਹਨੇ ਕੋਈ ਗੱਲਬਾਤ ਚੱਲਦੀ ਸੀ ਅਤੇ ਰਿਸ਼ਤੇਦਾਰੀ 'ਚ ਗਿਆ ਸੀ, ਉੱਥੇ ਹੀ ਕੋਈ ਹੋਰ ਗੱਲਬਾਤ ਹੋਈ ਅਤੇ ਆ ਕੇ ਇਹਨੇ ਖੁਦਕੁਸ਼ੀ ਕਰਤੀ। ਬੋਡੀ ਜਿਹੜੀ ਆ ਉਹ ਬਾਅਦ ਪੋਸਟਮਾਰਟਮ ਵਾਰਸਾਂ ਦੇ ਹਵਾਲੇ ਕਰ ਰਹੇ ਹਾਂ। ਇਹ ਧਾਰਾ ਲਾਈ ਇਹਨਾਂ 'ਤੇ 306/506/34 ਆਈ ਪੀ ਸੀ। ਇਹ ਸੁਰਜੀਤ ਸਿੰਘ ਹੈ, ਹੁਸਨਪ੍ਰੀਤ ਕੌਰ ਹੈ, ਤਰਸੇਮ ਸਿੰਘ ਹੈ, ਗੁਰਸੇਵਕ ਸਿੰਘ ਹੈ, ਇਹ 4-5 ਬੰਦੇ ਨੇ ਜਿਹੜਿਆਂ 'ਤੇ ਲੱਗੀ ਹੈਗੀ। ਅਗਲੀ ਕਾਰਵਾਈ ਤਾਂ ਜਿਵੇਂ ਜਿਵੇਂ ਤਫਤੀਸ਼ ਦਾ ਚੱਲੇਗਾ ਕੰਮ ਉਵੇਂ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ।